मेरा पिंड रंधावा जी, मेरा नाम रविंदर सिंह। ਕਿਹੜਾ ਹਾਦਸਾ ਹੋਇਆ, ਕਿਸ ਤਰੀਕੇ ਨਾਲ ਹੋਇਆ, ਜਾਣਕਾਰੀ ਦਿਓ। ਇਹ 5 ਵਜੇ ਦੀ ਗੱਲ ਆ, ਮੱਝ ਆਪਾਂ ਵੱਢਣੀ ਸੀਗੀ ਖੇਤ ਵਿੱਚ, ਤਾਂ ਉਹਨੂੰ ਚੋਣ ਲਈ ਲੈ ਕੇ ਆ ਰਹੇ ਸੀ। ਰਸਤੇ ਵਿੱਚ ਫਿਰ ਇੱਥੇ ਖੰਭੇ ਲੱਗ ਗਿਆ ਸੀ, ਤਾਂ ਉੱਧਰ ਨੂੰ ਖਿੱਚ ਲਏ ਖੰਭੇ ਨੇ, ਤਾਂ ਉਹਨਾਂ ਚਿੰਬੜ ਗਈ ਤੇ ਉਹਦੇ ਉੱਥੇ ਹੀ ਮਰ ਗਈ ਉਹ। ਹਾਂਜੀ, ਆਪਾਂ 19 ਵਾਰਾਂ ਤੇ ਕੰਪਲੇਂਟ ਲਿਖਾਈ ਤੇ ਹਜੇ ਤੱਕ ਕੋਈ ਬਿਜਲੀ ਵਾਲਾ ਨਹੀਂ ਆਇਆ। ਕਿੰਨਾ ਚਿਰ ਹੋ ਗਿਆ ਕੰਪਲੇਂਟ? 5 ਵਜੇ ਦੀ ਲਿਖਾਈ ਆ ਜੀ। ਗੁਰਮਨ ਸਿੰਘ, ਸਾਬਕਾ ਸਰਪੰਚ। खेत मझ नू लै के आ रहे थे दोने मियां बीबी, इत्थे जिहड़ा आए तो मझ कंबण लग पे, तो उत्थे ही डिपे। क्यों मतलब घर हले हैगे, इत्थे घर साडा लग गई नाल ही। डिपार्टमेंट नू दित्ती आ, डिपार्टमेंट 19-12 ते कंप्लेन लिखाई आ, अजे तक उन्हां चों कोई एक्शन नहीं होया। किन्ने वजे लिखाई थी कंप्लेन? मेरे टेलीफोन ते होणी आ लिखी, मैनू मैसेज भी हुण आ रिहा। हाँ, ओ दे हाँ, पहला भी ओ मेरा ब्रदर दसदा भी ओ किसे दे गुआंढियां दे पिया सी, ते उदों इत्थों पौड़ी लिया गए, ओ पता नहीं की करके गए ते की नहीं करके गए। प्रशासन ने एदा मुआवजा दे, जिहड़ा वी गलती उहनां दी नाले हो रही है, कि साडी तां कोई गलती नहीं इहदे विच। ਊਸ਼ਾ ਰਾਣੀ। ਕਿਹੜਾ ਹਾਦਸਾ ਹੋਇਆ, ਕਿੱਦਾਂ ਹੋਇਆ ਜੀ? ਹਾਂਜੀ, ਅਸੀਂ ਸਵੇਰੇ ਦੀ ਆਪਣੇ ਖੇਤ 'ਚ ਬੰਨੀ ਸੀ, ਤੇ ਉਸ ਤੋਂ ਬਾਅਦ ਅਸੀਂ ਸ਼ਾਮੀ 5:30 ਲੈ ਕੇ ਆਉਂਦੇ ਪਏ ਸੀ। ਬਸ ਖੰਭੇ ਦੇ ਨਾਲ ਹੀ ਆਈ, ਤੇ ਪਤਾ ਨਹੀਂ ਕੀ ਹੋਇਆ, ਮੱਝ ਨੂੰ ਇੱਕਦਮ ਉੱਧਰ ਨੂੰ ਹੀ ਡਿੱਗ ਪਈ। ਸੰਗਲ ਤੁਸੀਂ ਫੜਿਆ? ਹਾਂਜੀ, ਸੰਗਲ ਮੈਂ ਪਹਿਲਾਂ ਫੜਿਆ ਸੀਗਾ, ਜਿਹਲੇ ਡਿੱਗੀ ਉਸਲੇ ਛੁੱਟ ਗਿਆ ਮੇਰੇ ਕੋਲੋਂ। ਹਾਂਜੀ, ਇੱਕਦਮ 10 ਮਿੰਟ ਤੜਫੀ। ਮੰਗ ਕੀ ਕਰਦੇ ਆ? ਹਾਂਜੀ, ਮੰਗ ਹੁਣ ਦੇਖੋ ਹੁਣ ਕੀ ਪ੍ਰਸ਼ਾਸਨ ਕਰਦਾ ਜੋ। ਹਾਂਜੀ ਜੀ, ਰਸਤਾ ਇੰਨਾ ਬਹੁਤ ਚੱਲਦਾ ਪਿਆ, ਤੇ ਅੱਜ ਮੱਝ ਨੂੰ ਪੈ ਗਿਆ, ਕੱਲ ਹੋਰ ਕਿਸੇ ਨੂੰ ਵੀ ਪੈ ਸਕਦਾ। ਕੋਈ ਬਿਜਲੀ ਵਾਲੇ ਕੋਈ ਕਰਦੇ ਹੀ ਨਹੀਂ ਇੱਥੇ ਕਾਰਵਾਈ। ਜੇ ਤੁਸੀਂ ANM, GNM ਜਾਂ BSc ਨਰਸਿੰਗ ਕੀਤੀ ਹੋਈ ਹੈ, ਤੁਹਾਡੇ ਕੋਲ ਹੈ 2-3 ਸਾਲ ਦਾ ਹੋਸਪਿਟਲ ਦਾ ਐਕਸਪੀਰੀਅੰਸ, ਤੇ ਚਾਹੁੰਦੇ ਹੋ ਫੈਮਿਲੀ ਸਮੇਤ UK ਵਿੱਚ ਪੱਕੇ ਹੋਣਾ, ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ, ਤੇ ਹੇਠ ਲਿਖੇ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ।